ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਗਗਨਦੀਪ। ਕਿਸਾਨ ਐਗਰੀ ਜ਼ੋਨ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੁਣ ਦੇ ਟਾਈਮ ਵਿੱਚ ਸਾਰੇ ਕਿਸਾਨ ਵੀਰਾਂ ਨੇ ਆਪਣੀਆਂ ਕਣਕਾਂ ਦੀ ਵਾਢੀ ਪੂਰੀ ਕਰ ਲਈ ਅਤੇ ਆਪਾਂ ਤੂੜੀ ਬਣਾ ਕੇ ਅਤੇ ਬਿਲਕੁਲ ਫ੍ਰੀ ਹੈਗੇ ਹਾਂ। ਅਤੇ ਹੁਣ ਦਾ ਟਾਈਮ ਅੱਗੇ ਝੋਨੇ ਦੀ ਪਨੀਰੀ ਦਾ ਨੇੜੇ ਹੋਣ ਵਾਲਾ। ਅਤੇ ਜੇ ਅੱਜ ਦੀ ਆਪਾਂ ਤਰੀਕ ਦੀ ਗੱਲ ਕਰੀਏ, 4 ਮਈ 2022 ਹੈ। ਅਤੇ ਹੁਣ ਕੀ ਹੋਣਾ ਕਿ ਆਪਾਂ ਖੇਤ ਵਿੱਚ ਪਨੀਰੀਆਂ ਬੀਜਣ ਦਾ ਸਿਲਸਿਲਾ ਸ਼ੁਰੂ ਕਰਨਾ ਹੈ। ਅਤੇ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਕਿ ਜਿਹੜਾ ਵੀ ਕਿਸਾਨ ਭਰਾ ਡਰਿੱਲ ਦੁਆਰਾ ਝੋਨਾ ਬੀਜਦਾ ਅਤੇ ਉਸ ਨੂੰ 1500 ਰੁਪਏ ਪਰ ਏਕੜ ਦੇ ਹਿਸਾਬ ਨਾਲ ਮਿਲਣਗੇ। ਪਰ ਹੁਣ ਇੱਥੇ ਇੱਕ ਸਮੱਸਿਆ ਹੀ ਆਉਣ ਵਾਲੀ ਹੈ ਕਿਸਾਨ ਵੀਰੋ। ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਖੇਤ ਵਿੱਚ ਜਦੋਂ ਵੀ ਥੋੜ੍ਹਾ ਜਿਹਾ ਪਾਣੀ ਲੱਗਿਆ ਅਤੇ ਪੁਰਾਣਾ ਪਿਆ ਝੋਨਾ ਥੱਲੋਂ ਨਿਕਲਣ ਲੱਗ ਪਿਆ, ਤੁਸੀਂ ਖੇਤ ਨੂੰ 2-3 ਰੌਣੀਆਂ ਕਰੋ ਅੱਗੇ ਪਿੱਛੇ ਨਾਲੋਂ ਨਾਲ, ਤਾਂ ਕਿ ਜਿੰਨਾ ਵੀ ਆਪਣੇ ਖੇਤਾਂ ਵਿੱਚ ਪੁਰਾਣਾ ਪਿਆ ਬੀਜ ਆ ਉੱਪਰ ਉਹ ਸਾਰਾ ਉੱਗ ਜਾਏ। ਉਸ ਤੋਂ ਬਾਅਦ ਇੱਕ ਵਾਰ ਜ਼ਮੀਨ ਨੂੰ ਜ਼ਰੂਰ ਵਾਹ ਦਿਉ ਅਤੇ ਫਿਰ ਦੁਬਾਰਾ ਪਾਣੀ ਲਗਾ ਦਿਉ, ਤਾਂ ਕਿ ਜਿਹੜਾ ਥੱਲੇ ਵੀ ਬੀਜ ਪਿਆ ਉਹ ਵੀ ਨਿਕਲ ਜਾਏ, ਤਾਂ ਕਿ ਆਪਣੇ ਖੇਤਾਂ ਵਿੱਚ ਨਵੇਂ ਬੀਜ ਦੇ ਵਿੱਚ ਪੁਰਾਣੇ ਬੀਜ ਦਾ ਕੋਈ ਵੀ ਰਲਾ ਨਾ ਨਿਕਲੇ ਖੇਤ ਵਿੱਚ, ਜਿਹਦੇ ਕਰਕੇ ਆਪਣੀ ਕੁਆਲਿਟੀ 'ਤੇ ਫਰਕ ਪਏ ਜਾਂ ਫਿਰ ਆਪਣੇ ਖੇਤ ਵਿੱਚ ਰਲਵੇਂ ਬੂਟੇ ਪੈਦਾ ਹੋਣ, ਇੱਦਾਂ ਦਾ ਕੋਈ ਸਮੱਸਿਆ ਨਾ ਆਵੇ ਆਪਾਂ ਨੂੰ। ਆਪਾਂ ਦੁਕਾਨਾਂ ਤੋਂ ਜਿੰਨਾ ਵੀ ਬੀਜ ਲੈ ਕੇ ਆਉਂਦੇ ਹਾਂ ਸਾਰਾ ਪੱਕੇ ਬਿੱਲ 'ਤੇ ਹੁੰਦਾ, ਬਿਲਕੁਲ ਸ਼ੁੱਧ ਹੁੰਦਾ। ਜਦੋਂ ਆਪਾਂ ਨੂੰ ਘਰ ਖੋਲ੍ਹ ਕੇ ਦੇਖਦੇ ਹਾਂ ਬੀਜ ਦੀ ਜਿਹੜੀ ਸ਼ੁੱਧਤਾ 100% ਹੁੰਦੀ ਹੈ, ਕੋਈ ਵਿੱਚ ਰਲਾ ਨਹੀਂ ਹੁੰਦਾ। ਪਰ ਜਦੋਂ ਆਪਾਂ ਖੇਤ ਵਿੱਚ ਬੀਜ ਦਿੰਦੇ ਹਾਂ ਤਾਂ ਅਖੀਰ ਵਿੱਚ ਆ ਕੇ ਕਿਤੇ ਕਿਤੇ ਆਪਾਂ ਨੂੰ ਇਹੋ ਜਿਹੇ ਬੂਟੇ ਦਿਖਾਈ ਦਿੰਦੇ ਨੇ ਜੋ ਕਿ ਆਪਣੇ ਬੀਜ ਦੀ ਵਰਾਇਟੀ ਦੇ ਨਹੀਂ ਹੁੰਦੇ। ਉਹਨਾਂ ਦਾ ਕਾਰਨ ਆਹੀ ਹੁੰਦਾ ਕਿ ਖੇਤਾਂ ਵਿੱਚ ਪਿਆ ਬੀਜ ਵੀ ਉੱਗ ਜਾਂਦਾ। ਤੁਸੀਂ ਹੁਣ ਪਾਣੀ ਲਾ ਕੇ ਜਿਹੜਾ ਥੱਲੇ ਪਿਆ ਬੀਜ ਹੈ ਸਾਰਾ ਉਹ ਉਗਾ ਦਿਉ, ਤਾਂ ਕਿ ਆਪਾਂ ਨੂੰ ਅੱਗੇ ਚੱਲ ਕੇ ਇਹਦੀ ਸਮੱਸਿਆ ਨਾ ਆਏ। ਅਤੇ ਜਿਹੜੇ ਕਿਸਾਨ ਵੀਰਾਂ ਦੇ ਖੇਤ ਵਿੱਚ ਇਹ ਸਮੱਸਿਆ ਨਹੀਂ ਆਉਂਦੀ, ਉਹਨਾਂ ਨੂੰ ਆਪਾਂ ਇੱਕੋ ਹੀ ਰਾਏ ਦੇਵਾਂਗੇ ਕਿ ਉਹ ਆਪਣੇ ਖੇਤ ਦੀ ਜਿਹੜੀ ਮਿੱਟੀ ਹੈ ਬਿਲਕੁਲ ਸੁੱਕੀ ਪੁੱਟ ਕੇ ਛੱਡ ਦੇਣ। ਜਿਹੜਾ 1-2 ਮਹੀਨੇ ਦਾ ਆਪਣੇ ਕੋਲ ਟਾਈਮ ਹੈਗਾ, ਉਹਦੇ ਨਾਲ ਕੀ ਹੋਊਗਾ ਕਿ ਸੂਰਜ ਦੀ ਰੋਸ਼ਨੀ ਨਾਲ ਜਿਹੜੇ ਫੁੱਟ ਰੋਟ ਦਾ ਆਪਣਾ ਰੋਗ ਵੱਧਦਾ ਖੇਤ ਵਿੱਚ, ਉਹਦੀ ਸਮੱਸਿਆ ਬਹੁਤ ਜ਼ਿਆਦਾ ਘੱਟ ਜਾਂਦੀ ਹੈ ਜਦੋਂ ਧੁੱਪ ਦੀ ਰੋਸ਼ਨੀ ਆਪਣੇ ਲਗਾਤਾਰ ਖੇਤ ਵਿੱਚ ਪੈਂਦੀ ਰਹਿੰਦੀ ਹੈ, ਮਿੱਟੀ ਗਲਦੀ ਸੜਦੀ ਰਹਿੰਦੀ ਹੈ ਧੁੱਪ ਨਾਲ ਵੀ। ਅਤੇ ਦੂਜੀ ਆਪਾਂ ਗੱਲ ਕਰਦੇ ਹਾਂ, ਜੇ ਉਹ ਵੀ ਆਪਣੇ ਖੇਤ ਵਿੱਚ ਸਮੱਸਿਆ ਨਹੀਂ ਹੈਗੀ ਤਾਂ ਫਿਰ ਕਿਸਾਨ ਵੀਰੋ ਤੁਸੀਂ ਮੂੰਗੀ, ਜੰਤਰ, ਖੱਖੜੀ ਕੋਈ ਵੀ ਹਰੀ ਖਾਦ ਜ਼ਰੂਰ ਬੀਜੋ, ਤਾਂ ਕਿ ਆਪਣੇ ਖੇਤਾਂ ਵਿੱਚ ਥੱਲੇ ਨਾਈਟ੍ਰੋਜਨ ਦੀ ਮਾਤਰਾ ਭਰਪੂਰ ਹੋ ਸਕੇ ਅਤੇ ਆਪਾਂ ਜਿਹੜੀ ਦਾਣੇਦਾਰ ਯੂਰੀਆ ਪਾਉਣ ਤੋਂ ਗੁਰੇਜ਼ ਕਰੀਏ ਜਿੰਨਾ ਹੋ ਸਕੇ। ਖੇਤ ਨੂੰ ਉਪਜਾਊ ਬਣਾਓ, ਥੱਲੇ ਆਲੀ ਪਾ ਸਕਦੇ ਹੋ ਆਪਾਂ, ਰੂੜੀ ਖਾਦ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਖਾਦਾਂ ਨੂੰ ਜਿੰਨਾ ਹੋ ਸਕੀਏ ਘੱਟ ਕਰੀਏ। ਆਉਣ ਵਾਲਾ ਟਾਈਮ ਔਰਗੈਨਿਕ ਖੇਤੀ ਦੀ ਮੰਗ ਕਰਦਾ ਹੈ, ਕਿਉਂਕਿ ਆਪਾਂ ਹੁਣ ਤੱਕ ਬਹੁਤ ਸਾਰੇ ਰਸਾਇਣਿਕ ਤੱਤ ਆਪਣੇ ਖੇਤਾਂ ਵਿੱਚ ਸੁੱਟ ਚੁੱਕੇ ਹਾਂ, ਜਿੱਥੋਂ ਆਪਾਂ ਆਪਣੇ ਜਿਹੜੇ ਫਸਲਾਂ ਦੇ ਝਾੜ ਹੈਗੇ ਆ ਉਹ ਵੀ ਕਾਫੀ ਸਾਰੇ ਟੁੱਟਣੇ ਸ਼ੁਰੂ ਹੋ ਗਏ ਆ। ਝੋਨਾ ਕਦੇ ਆਪਾਂ ਬਾਸਮਤੀ 60 ਮਣ ਕੱਢਦੇ ਸੀ, ਅੱਜ 40-45 ਮਣ 'ਤੇ ਰਹਿ ਗਿਆ। ਕਣਕ ਕਦੇ ਸਾਡੇ ਇੱਥੇ 60 ਮਣ ਹੁੰਦੀ ਸੀ, ਅੱਜ 45-50 ਮਣ ਦੇ ਵਿੱਚ ਰਹਿ ਗਈ ਹੈ। ਇਹਦਾ ਕਾਰਨ ਆਹੀ ਹੈ ਕਿ ਆਪਾਂ ਲਗਾਤਾਰ ਰਸਾਇਣਿਕ ਤੱਤ ਵਰਤ ਕੇ ਜ਼ਮੀਨ ਦੇ ਵਿੱਚ ਜਿੰਨੇ ਵੀ ਉਪਜਾਊ ਤੱਤ ਹੈਗੇ ਸੀ ਉਹ ਸਾਰੇ ਖਤਮ ਕਰ ਲਏ ਆ, ਅਤੇ ਹੁਣ ਆਪਾਂ ਨੂੰ ਲੋੜ ਹੈਗੀ ਆ ਨਵੇਂ ਤੱਤ ਬਣਾਉਣ ਦੀ। ਉਹਦੇ ਵਾਸਤੇ ਆਪਾਂ ਨੂੰ ਰੂੜੀ ਖਾਦ ਜ਼ਰੂਰ ਪਾਉਣੀ ਚਾਹੀਦੀ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿੰਦੀ ਹੈ। ਅਤੇ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਕਿ ਰਸਾਇਣਿਕ ਤੱਤਾਂ ਨੂੰ ਛੱਡ ਕੇ ਔਰਗੈਨਿਕ ਤੱਤ ਆਪਾਂ ਕਿਹੜੇ ਕਿਹੜੇ ਵਰਤ ਕੇ ਆਪਣੀ ਜ਼ਮੀਨ ਨੂੰ ਉਪਜਾਊ ਬਣਾ ਸਕਦੇ ਹਾਂ। ਹੁਣ ਤਾਂ ਕਈ ਕੰਪਨੀਆਂ ਨੇ ਵੀ ਔਰਗੈਨਿਕ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਆਪਾਂ ਨੂੰ ਉਹ ਵੀ ਵਰਤਣੇ ਚਾਹੀਦੇ ਕਿਸਾਨ ਵੀਰੋ। ਅਤੇ ਇੱਕ ਵੀਡੀਓ ਆਪਾਂ ਅਲੱਗ ਤੋਂ ਬਣਾਵਾਂਗੇ ਨਰਮੇ ਦੇ ਬੀਜ 'ਤੇ, ਨਰਮੇ ਦੀ ਬਿਜਾਈ 'ਤੇ। ਅਤੇ ਬਸ ਇੱਕ ਗੱਲ ਦਾ ਧਿਆਨ ਰੱਖਿਓ ਕਿਸਾਨ ਵੀਰੋ ਕਿ ਆਪਾਂ ਡੁਪਲੀਕੇਸੀ ਤੋਂ ਬਚਣਾ, ਕੋਈ ਵੀ ਡੁਪਲੀਕੇਟ ਬੀਜ ਨਹੀਂ ਲੈਣਾ ਜਿਹੜਾ ਕਿ ਆਪਾਂ ਨੂੰ ਬਿਨਾਂ ਬਿੱਲ ਤੋਂ ਮਿਲੇ। ਸਸਤੇ ਦੇ ਚੱਕਰ ਵਿੱਚ ਮਾੜੀ ਚੀਜ਼ ਦੀ ਆਪਾਂ ਚੋਣ ਨਹੀਂ ਕਰਨੀ। ਅਤੇ ਆਪਾਂ ਜੁੜੇ ਰਹਾਂਗੇ ਵੀਡੀਓ ਦੇ ਨਾਲ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਾਣਕਾਰੀਆਂ ਸ਼ੇਅਰ ਕਰਦੇ ਰਹਾਂਗੇ ਤੁਹਾਡੇ ਨਾਲ। ਧੰਨਵਾਦ ਜੀ।